ਫਾਈਨੈਂਸ ਕੰਪਨੀ ਦੇ ਪ੍ਰਬੰਧਕਾਂ ਵੱਲੋਂ ਪੰਜਾਬ ਦੇ ਵੱਖ-ਵੱਖ ਸ਼ਹਿਰਾਂ 'ਚ ਕਿਰਾਏ ਤੇ ਇਮਾਰਤ ਲੈ ਕੇ ਫਾਈਨੈਂਸ ਕੰਪਨੀ ਖੋਲਣ ਦੇ ਨਾਂ ਤੇ ਲੱਖਾਂ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ, ਜਿਸ ਦੇ ਚੱਲਦਿਆਂ ਐਸਪੀ ਨੂੰ ਇੱਕ ਮੰਗ ਪੱਤਰ ਰਾਹੀਂ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਸ਼ਿਕਾਇਤਕਰਤਾਵਾਂ ਨੇ ਉਦਯੋਗਿਕ ਖੇਤਰ ਵਿਚਲੀ ਚੌਂਕੀ 'ਚ ਜਿੱਥੇ ਆਪਣੇ ਨਾਲ ਹੋਈ ਠੱਗੀ ਦੀ ਸ਼ਿਕਾਇਤ ਦਿੱਤੀ, ਉੱਥੇ ਹੀ ਉਕਤ ਕੰਪਨੀ ਖਿਲਾਫ਼ ਮਾਮਲਾ ਦਰਜ ਕਰਵਾਉਣ ਵਾਲੇ ਰਜਿੰਦਰਪਾਲ ਸਿੰਘ ਪਟਿਆਲਾ ਨੇ ਪੁਲਿਸ ਤੇ ਮੁਲਾਜ਼ਮਾਂ ਨੂੰ ਗ੍ਰਿਫ਼ਤਾਰ ਨਾ ਕਰਨ ਦਾ ਦੋਸ਼ ਲਗਾਇਆ। ਉਧਰ ਇਸ ਸੰਬੰਧੀ ਐਸਪੀ ਕੰਵਰਦੀਪ ਕੌਰ ਦਾ ਕਹਿਣਾ ਹੈ ਕਿ ਜਲਦ ਹੀ ਦੋਸ਼ੀਆਂ ਖਿਲਾਫ਼ ਕਾਰਵਾਈ ਕਰ ਪੀੜਤਾਂ ਨੂੰ ਉਹਨਾਂ ਦਾ ਬਣਦਾ ਹੱਕ ਦਿੱਤਾ ਜਾਵੇਗਾ। ਇਹ ਸਾਨੂੰ ਅੱਜ ਈਗੋ ਫਾਈਨੈਂਸ ਕੰਪਨੀ ਦੇ ਨਾਮ ਦੀ ਇੱਕ ਕੰਪਨੀ ਹੈ ਜਿਹਦੇ ਖਿਲਾਫ਼ ਸਾਨੂੰ ਫਰੋਡ ਦੀ ਐਪਲੀਕੇਸ਼ਨ ਰਿਸੀਵ ਹੋਈ ਹੈ। ਸੰਦੀਪ ਸਿੰਘ ਨਾਮ ਅਤੇ ਆਸਾ ਸਿੰਘ ਨਾਮ ਦੇ ਦੋ ਅਕਿਊਜ਼ ਨੇ, ਜਿਨ੍ਹਾਂ ਦੇ ਖਿਲਾਫ਼ ਮੋਹਾਲੀ ਵਿੱਚ ਵੀ ਇੱਕ ਐੱਫ ਆਈ ਆਰ ਆਲਰੇਡੀ ਦਰਜ ਹੋ ਚੁੱਕੀ ਹੈ। ਇਹਨਾਂ ਦੇ ਖਿਲਾਫ਼ ਸਾਡੇ ਕੋਲ 4 ਬੰਦਿਆਂ ਨੇ ਅੱਜ ਜਾ ਕੇ ਅਰਜ਼ੀ ਦਿੱਤੀ ਹੈ। ਅਸੀਂ ਅਰਜ਼ੀ ਦੀ ਇਨਕੁਆਇਰੀ ਕਰਾਵਾਂਗੇ ਅਤੇ ਜੋ ਬਣਦੀ ਕਾਰਵਾਈ ਹੈ ਉਹ ਕਰਾਂਗੇ। ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਰਜਿੰਦਰਪਾਲ ਸਿੰਘ ਹੈ, ਮੈਂ ਪਟਿਆਲੇ ਦਾ ਰਹਿਣ ਵਾਲਾ। ਰਜਿੰਦਰਪਾਲ ਜੀ, ਜੇ ਆਪਾਂ ਗੱਲ ਕਰੀਏ ਈਗੋ ਫਾਈਨੈਂਸ ਕੰਪਨੀ ਦਾ, ਕੀ ਮਾਮਲਾ ਹੈ ਸਾਰਾ? ਇਹ ਮਾਮਲਾ ਇਹ ਹੈ ਜੀ, ਇਹਨਾਂ ਨੇ ਸਾਨੂੰ ਆ ਕੇ ਕਿਹਾ ਵੀ ਅਸੀਂ ਬੈਂਕ ਖੋਲ੍ਹ ਰਹੇ ਹਾਂ, ਉਹਦੇ ਲਈ ਸਾਨੂੰ ਵੱਖ ਵੱਖ ਸ਼ਹਿਰਾਂ 'ਚ ਬ੍ਰਾਂਚਾਂ ਚਾਹੀਦੀਆਂ ਨੇ। ਮੇਰਾ ਸ਼ੋਰੂਮ ਸੀ ਸਰਾਭਾ ਨਗਰ 'ਚ ਪਟਿਆਲੇ, ਇਹਨਾਂ ਨੇ ਉਹਦੇ ਏਵਜ 'ਚ ਉਹਦੀ ਪਾਸ ਕਰਾਉਣ ਲਈ ਇੱਕ ਤਾਂ ਮੇਰੇ ਤੋਂ ਬਿਲਡਿੰਗ ਬਣਵਾਈ, ਇੱਕ ਉਹਦੇ ਵਿੱਚ 6-7 ਲੱਖ ਰੁਪਈਆ ਲਵਾਉਣ ਤੋਂ ਬਾਅਦ ਇਹ 2 ਲੱਖ ਰੁਪਈਆ ਮੇਰੇ ਤੋਂ ਕੈਸ਼ ਲੈ ਗਏ ਵੀ ਤੁਹਾਡੀ ਅਪਰੂਵਮੈਂਟ ਫਾਈਲ ਕਰਨ ਲਈ ਸਾਨੂੰ 2 ਲੱਖ ਰੁਪਈਆ ਐਡਵਾਂਸ ਦਿਓ। ਸਾਡੇ ਨਾਲ ਐਗਰੀਮੈਂਟ ਉਹਨਾਂ ਦਾ ਆਪਸ 'ਚ ਵੀ ਐਗਰੀਮੈਂਟ ਹੋਇਆ, ਬਣਾਈ ਹੋਈ ਆ ਕੰਪਨੀ ਉਹਨਾਂ ਨੇ ਜਾਲੀ, ਅਤੇ ਸਾਡੇ ਨਾਲ ਉਹਨਾਂ ਨੇ ਐਗਰੀਮੈਂਟ ਕੀਤਾ ਕੋਰਟ ਦੇ ਵਿੱਚ 16,000 ਦੇ ਸਟਾਮਾਂ 'ਤੇ, ਜੋ ਕਿ ਰਿਟਰਨ 'ਚ ਸਾਡੇ ਕੋਲ ਪਿਆ। ਅਤੇ ਉਹ ਐਗਰੀਮੈਂਟ ਦੀਆਂ ਕਾਪੀਆਂ ਹੈ ਤੁਹਾਡੇ ਕੋਲ? ਹਾਂਜੀ ਹਾਂ, ਸਾਡੇ ਕੋਲ ਸੰਦੀਪ ਸਿੰਘ ਅਤੇ ਆਸ਼ਾ ਜਿਹੜੀ। ਹਾਂ ਹਾਂ, ਉਹ ਵੀ ਸਾਡੇ ਕੋਲ ਹੈਗੀਆਂ। ਅੱਛਾ, ਅਤੇ ਕਿੰਨਾ ਕੁ ਤੁਹਾਨੂੰ ਲੱਗਦਾ ਟੋਟਲ, ਜੇ ਆਪਾਂ ਅਮਾਊਂਟ ਦੀ ਗੱਲ ਕਰੀਏ, ਕਿੰਨੀ ਕੁ ਰਕਮ ਹੈ ਜਿਹੜੀ ਇਹਨਾਂ ਨੇ ਫਰੋਡ ਕੀਤਾ ਤੁਹਾਡੇ ਨਾਲ? ਦੇਖੋ, ਸਾਨੂੰ ਜੋ ਪਤਾ ਲੱਗਿਆ 2-2.5 ਕਰੋੜ ਦਾ ਤਾਂ ਪਤਾ ਲੱਗਿਆ ਵੱਖ ਵੱਖ ਬੰਦੇ, ਕਿਉਂਕਿ ਸਾਰੇ ਸ਼ਹਿਰਾਂ 'ਚ ਇਹਨਾਂ ਨੇ ਬ੍ਰਾਂਚਾਂ ਬਣਾਈਆਂ ਨੇ, ਕੋਈ ਸ਼ਹਿਰ ਛੱਡੇ ਹੀ ਨਹੀਂ। ਅਤੇ ਉਸ ਤੋਂ ਬਾਅਦ ਅਜੇ ਪਤਾ ਨਹੀਂ ਕਿੰਨੇ ਕੁ ਬੰਦੇ ਹੋਣਗੇ ਜਿਹੜਿਆਂ ਬਾਰੇ ਨਹੀਂ ਪਤਾ ਆਪਾਂ ਨੂੰ ਅਜੇ। ਇਹਨਾਂ ਦਾ ਮਾਮਲਾ ਦੇਖੋ ਜੀ, ਹੁਣ ਪਤਾ ਚੱਲਿਆ ਕਿ ਬੰਦਾ ਭਗੌੜਾ ਹੋ ਗਿਆ। ਮੈਨੂੰ ਇਹਨਾਂ ਨੇ 13 ਮਾਰਚ ਨੂੰ ਇੰਪਲਾਈ ਕਰਿਆ ਸੀਗਾ, ਅਤੇ 29 ਮਾਰਚ ਨੂੰ ਮੈਨੂੰ ਪਤਨਾ ਬ੍ਰਾਂਚ ਵਿੱਚ ਭੇਜਤਾ ਵੀ ਕਹਿੰਦੇ ਤੁਸੀਂ ਉੱਥੇ ਜਾ ਕੇ ਪਲਾਟਾਂ ਨੂੰ ਵੈਰੀਫਾਈ ਕਰੋ ਜੋ ਅਸੀਂ ਖਰੀਦ ਸਕਦੇ ਹਾਂ, ਜੋ ਐਜ ਪਰ ਪੁੱਡਾ ਲਾ ਦੇ ਮੁਤਾਬਕ ਅਪਰੂਵ ਹੋ ਸਕਦੇ ਨੇ। ਉਸ ਤੋਂ ਬਾਅਦ ਜੀ ਮੈਂ ਉੱਥੇ 1.5-2 ਮਹੀਨਾ ਖੂਬ 100-150 ਪਲਾਟ ਨੂੰ ਚੈੱਕ ਕਰਿਆ, ਸਰਵੇ ਕਰਿਆ ਵੀ ਹਾਂ ਅਸੀਂ ਖਰੀਦ ਸਕਦੇ ਹਾਂ। ਇਹਨਾਂ ਨੂੰ ਮੈਂ ਕਹਿੰਦਾ ਰਿਹਾ ਜੀ ਤੁਸੀਂ ਖਰੀਦੋ, ਇਹਨਾਂ ਦਾ ਕਨਸੈਪਟ ਜੀ ਅਸੀਂ ਪਲਾਟ ਖਰੀਦ ਕੇ ਕੋਠੀ ਬਣਾ ਕੇ ਲੋਨ 'ਤੇ ਵੇਚੀਏ, ਅਤੇ ਇਹਨਾਂ ਨੇ ਉੱਥੇ ਕੋਈ ਪਰਚੇਜ਼ ਨਹੀਂ ਕਰੀ। ਬਾਕੀ ਮੇਰੀ ਤਨਖਾਹ ਇਹਨਾਂ ਨੇ ਪਹਿਲੇ ਮਹੀਨੇ ਦੀ 25 ਕਹਿ ਕੇ ਉਸ ਤੋਂ ਬਾਅਦ ਨੈਕਸਟ ਤੁਹਾਡੀ 30,000 ਮਹੀਨਾ ਰਹੂਗੀ, ਉੱਦਾਂ ਕਹਿੰਦੇ ਰਹੇ। ਇੱਕ ਆਸਾ ਸਿੰਘ ਨੇ ਜਿਹੜੇ ਪਾਤਲਾਂ ਦੇ, ਇਹਨਾਂ 'ਚ ਡਾਇਰੈਕਟਰ ਨੇ, ਉਹਨਾਂ ਨੂੰ ਉੱਥੇ ਮੰਗੂ ਦੇ ਨਾਂ 'ਤੇ ਜਾਣਦੇ ਨੇ ਜੀ, ਮੰਗੂ ਸਨ ਆਫ ਪਰਵਾਨਾ, ਜਿਹਨੇ ਆਪਦੇ ਆਪ ਨੂੰ ਸਾਡੇ ਕੰਪਨੀ ਦੇ ਵਿੱਚ ਆਸਾ ਸਿੰਘ ਸਨ ਆਫ ਗੁਰਮੁਖ ਸਿੰਘ ਕਿਹਾ ਹੈ। ਸਾਨੂੰ ਤਾਂ ਇਹ ਵੀ ਸ਼ੱਕ ਪੈਂਦਾ ਵੀ ਇਹਦੇ ਨਾਲ ਸਹੀ ਆਸਾ ਸਿੰਘ ਵੀ ਹੈ ਜਾਂ ਇਹ ਮੰਗੂ ਹੈ, ਕਿਉਂਕਿ ਉਸ ਪਿੰਡ ਦੇ ਲੋਕ ਇਹਨੂੰ ਮਤਲਬ ਇੱਕ ਚੰਗੀ ਨਜ਼ਰ ਨਾਲ ਨਹੀਂ ਦੇਖਦੇ, ਕਿਉਂਕਿ ਇਹ ਬੰਦਾ ਸਮੈਕ ਸਮੂਕ ਦਾ ਵੀ ਉੱਥੇ ਸ਼ਾਇਦ ਕੰਮ ਕਰਦਾ ਰਿਹਾ, ਲੋਕਾਂ ਨੂੰ ਪਤਾ ਚੱਲਦਾ ਸੀਗਾ। ਇਹਨਾਂ ਨੇ ਸਾਡੇ ਉੱਥੇ HR ਮੈਡਮ ਨੂੰ ਕਹਿ ਤਾ ਵੀ 2 ਦਿਨ ਦੀ ਛੁੱਟੀ ਕਰ ਦਿਉ ਵੀ ਮੈਂ ਫੰਡ ਲੈਣ ਜਾ ਰਿਹਾ ਪੁਣੇ, ਅਤੇ ਸਾਨੂੰ ਮੈਸੇਜ ਆ ਗਿਆ ਕਹਿੰਦੇ ਵੀ 2 ਦਿਨ ਵਾਸਤੇ ਬ੍ਰਾਂਚਾਂ ਬੰਦ ਕਰਨੀਆਂ ਨੇ। ਅਤੇ ਜਦੋਂ ਹਾਂਜੀ ਜਦੋਂ ਬੰਦ ਕਰੀਆਂ ਉਦੋਂ ਬਾਅਦ ਸਾਨੂੰ ਬ੍ਰਾਂਚ ਜਿਨ੍ਹਾਂ ਨੇ ਬ੍ਰਾਂਚਾਂ ਕਿਰਾਏ 'ਤੇ ਦਿੱਤੀਆਂ ਉਹਨਾਂ ਦੇ ਫੋਨ ਆਉਣ ਲੱਗ ਗਏ, ਕਹਿੰਦੇ ਜਿਹਨਾਂ ਦੇ ਫੋਨ ਨਹੀਂ ਲੱਗ ਰਹੇ, ਜਦੋਂ ਅਸੀਂ ਨੇ ਲਾ ਕੇ ਦੇਖਿਆ ਸੱਚੀ ਨਹੀਂ ਫੋਨ ਲੱਗੇ, ਔਰ ਜਦ ਤੋਂ ਇਹਨਾਂ ਦਾ ਕੋਈ ਟਰੇਸ ਆਊਟ ਨਹੀਂ ਆ, ਕੁਛ ਪਤਾ ਨਹੀਂ ਚੱਲ ਰਿਹਾ ਬੰਦੇ ਕਿੱਧਰ ਚਲੇ। ਹੁਣ ਜੀ ਅਸੀਂ ਪਹਿਲਾਂ ਤਾਂ IG ਸਾਹਿਬ ਨੂੰ ਮਿਲ ਕੇ ਆਏ, ਅਤੇ ਉਹਨਾਂ ਨੇ ਅੱਗੇ ਰੈਫਰ ਕਰਤਾ ਸੀਗਾ ਸਾਨੂੰ SP ਸਾਹਿਬ ਨੂੰ, ਅਤੇ ਇਹਨਾਂ ਨੇ ਭਰੋਸਾ ਦਵਾਇਆ ਜੀ, ਕਹਿੰਦੇ ਬੰਦੇ ਟਰੇਸ ਆਊਟ ਕਰਾਂਗੇ ਅਤੇ ਤੁਹਾਡੇ ਇਹਨਾਂ ਦੀ ਬਣਦੀ ਕਾਨੂੰਨੀ ਕਾਰਵਾਈ ਕਰੀ ਜਾਊਗੀ ਅਤੇ ਤੁਹਾਡੇ ਪੈਸੇ ਦਿਲਾਏ ਜਾਣਗੇ ਜੀ।